ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੰਗਤ ਵਿੱਚ ਬੈਠੇ ਸਨ ਸੇਵਕਾਂ ਦਾ ਕਿਰਤਾਰਥ ਕਰਨ ਹਿਤ ਅਮੀਰ ਗਰੀਬ ਊਚ ਨੀਚ ਸਾਰਿਆਂ ਨੂੰ ਦਰਸ਼ਨ ਦੇ ਰਹੇ ਸਨ ਉਸ ਦਿਨ ਉਥੇ ਇੱਕ ਗੌਂਦਾ ਖੱਤਰੀ ਆਇਆ ਗੁਰੂ ਜੀ ਦੇ ਦਰਸ਼ਨ ਕਰਕੇ ਉਸਨੇ ਸੀਸ ਨਿਵਾਇਆ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੇ ਸਤਿਗੁਰੂ ਜੀ ਤੁਹਾਡੀ ਸਿਫਤ ਮਹਾਨ ਹੈ ਬਹੁਤ ਲੋਕ ਤੁਹਾਡੀ ਉਪਮਾ ਕਰਦੇ ਹਨ ਤੇ ਮੈਂ ਸੁਣਦਾ ਹਾਂ ਜਿਹੜੇ ਬੁੱਧੀवान ਹਨ ਉਹ ਤੁਹਾਡੀ ਬਹੁਤ ਸ਼ਲਾਘਾ ਕਰਦੇ ਹਨ ਜਗਤ ਵਿੱਚ ਵਿਸ਼ਾਲ ਗੁਪਤ ਤੇ ਪ੍ਰਗਟ ਜੀਵ ਹਨ ਸਾਰੇ ਹੀ ਸਤਿਗੁਰੂ ਦੀ ਆਗਿਆ ਅਨੁਸਾਰ ਚੱਲਦੇ ਹਨ ਮੇਰਾ ਪਿੰਡ ਉਜਾੜ ਪਿਆ ਹੈ ਸਭ ਥਾਂ ਉਤਨੇ ਹੀ ਆਵਾਜ਼ ਕਰ ਰਹੇ ਹਨ ਦੈਂਤ ਜਨ ਤੇ প্রেਤਾਂ ਦੀਆਂ ਬਹੁਤ ਜਾਤਾਂ ਉੱਥੇ ਰਹਿ ਰਹੀਆਂ ਹਨ ਉੱਥੇ ਕਈ ਉਪਦਰਵੀਆਂ ਨੇ ਵਾਸਾ ਕੀਤਾ ਹੋਇਆ ਹੈ ਲੱਖਾਂ প্রেਤਾ ਨੇ ਉੱਥੇ ਆਪਣਾ ਡੇਰਾ ਜਮਾਇਆ ਹੋਇਆ ਹੈ ਜਿੱਥੇ ਕਿਥੇ ਦੇਸ਼ਾਂ ਵਿੱਚ ਫਿਰਦੇ ਹਨ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਮੇਰੇ ਪਿੰਡ ਵਿੱਚ ਆ ਗਏ ਹਨ ਜਿਸ ਕਰਕੇ ਕੋਈ ਵੀ ਮਨੁੱਖ ਉੱਥੇ ਵਸ ਨਹੀਂ ਸਕਦਾ ਦਿਨ ਸਮੇ ਸਾਰੇ ਲੋਕ ਇਕੱਠੇ ਹੋ ਕੇ ਕੰਧ ਦੀ ਉਸਾਰੀ ਕਰਦੇ ਹਨ ਪਰ ਜਦ ਰਾਤ ਪੈਂਦੀ ਹੈ ਤਾਂ ਬੜੇ ਭਿਆਨਕ ਖੋਟੇ ਰੂਪ ਵਾਲੇ ਸਾਰੇ ਕੰਧ ਨੂੰ ਢਾ ਦਿੰਦੇ ਹਨ ਕਈ ਵਾਰੀ ਮੈਂ ਇਸ ਨਗਰ ਨੂੰ ਵਸਾਇਆ ਹੈ ਪਰ ਇਹ ਭੂਤ ਪ੍ਰੇਤ ਫਿਰ ਡਰਾ ਕੇ ਨਗਰ ਨੂੰ ਉਜਾੜ ਦਿੰਦੇ ਹਨ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਚਰਨ ਪਾਓ ਕਿਰਪਾ ਕਰਕੇ ਉਸ ਨਗਰ ਨੂੰ ਵਸਾਓ ਆਪ ਜੀ ਨੂੰ ਜਿੰਨੀ ਵੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੇਰੇ ਤੋਂ ਲੈ ਲਓ ਆਪ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ ਕਿਰਪਾ ਕਰਕੇ ਮੇਰੀ ਇਹ ਮੰਗ ਪੂਰੀ ਕਰੋ ਤੇ ਮੇਰਾ ਇਹ ਪਿੰਡ ਵਸਾ ਦਿਓ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੌਂਦੇ ਦੀ ਅਜਿਹੀ ਬੇਨਤੀ ਸੁਣ ਕੇ ਪੁੱਛਿਆ ਇਹ ਬਿਰਤਾਂਤ ਕਿਸ ਤਰ੍ਹਾਂ ਵਾਪਰਿਆ ਹੈ ਪ੍ਰੇਤਾ ਨੇ ਕਦ ਤੋਂ ਉੱਥੇ ਡੇਰਾ ਕੀਤਾ ਹੋਇਆ ਹੈ ਤੇ ਕਿਸ ਤਰ੍ਹਾਂ ਨਗਰ ਨੂੰ ਉਜਾੜਦੇ ਹਨ ਇਹ ਸਾਰਾ ਬੈਠ ਕੇ ਮੈਨੂੰ ਸੁਣਾਓ ਫੇਰ ਆਪਣੀ ਮਨ ਮੰਗੀ ਮੁਰਾਦ ਆਪਣੇ ਗੁਰੂ ਤੋਂ ਪ੍ਰਾਪਤ ਕਰੋ ਸਤਿਗੁਰੂ ਪਾਸੋਂ ਇਹ ਗੱਲ ਸੁਣ ਕੇ ਗੌਂਦਾ ਬੈਠ ਕੇ ਜੋ ਬਿਰਤਾਂਤ ਵਾਪਰਿਆ ਸੀ ਉਹ ਕਹਿਣ ਲੱਗਾ ਹੇ ਸਤਿਗੁਰੂ ਜੀ ਪ੍ਰਸੰਗ ਇਸ ਤਰ੍ਹਾਂ ਦਾ ਹੋਇਆ ਹੈ ਮੇਰਾ ਆਪਣੇ ਸ਼ਰੀਕਾਂ ਨਾਲ ਝਗੜਾ ਚੱਲ ਰਿਹਾ ਸੀ ਆਪਸ ਵਿੱਚ ਬਹੁਤ ਵਾਦ-ਵਿਵਾਦ ਵੱਧ ਗਿਆ ਬਹੁਤ ਮਨੁੱਖਾਂ ਨੇ ਆਪਸ ਵਿੱਚ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਝਗੜਾ ਖਤਮ ਨਾ ਹੋਇਆ। ਦੋਵੇਂ ਧਿਰਾਂ ਝਗੜਦੇ ਝਗੜਦੇ ਚੱਲ ਕੇ ਦਿੱਲੀ ਪਹੁੰਚ ਗਏ। ਉੱਥੇ ਦੇ ਹਾਕਮਾਂ ਨੇ ਇਸ ਤਰ੍ਹਾਂ ਨਿਆਂ ਕੀਤਾ। ਕਹਿਣ ਲੱਗੇ ਸੌ ਚੁਕੋ ਤੇ ਆਪਣਾ ਥਾਂ ਪ੍ਰਾਪਤ ਕਰੋ। ਫਿਰ ਮੈਂ ਇਹ ਸੁਣ ਕੇ ਸੌਂ ਖਾਣ ਲਈ ਤਿਆਰ ਹੋ ਗਿਆ। ਮੈਂ ਝੂਠਾ ਧਰਮ ਕੀਤਾ ਤੇ ਉੱਥੇ ਝੂਠੀ ਸੌਂ ਚੁੱਕ ਲਈ। ਇਸ ਤਰ੍ਹਾਂ ਮੈਂ ਸਾਰਾ ਮੁਕੱਦਮਾ ਜਿੱਤ ਲਿਆ ਤੇ ਸਾਰੀ ਭੂਮੀ ਪ੍ਰਾਪਤ ਕਰਕੇ ਪ੍ਰਸੰਨ ਹੋ ਗਿਆ। ਜਾਦ ਮੈਂ ਆ ਕੇ ਨਗਰ ਬਸਾਇਆ ਜਿੱਥੇ ਮੈਂ ਆਧਰਮ ਕੀਤਾ ਸੀ ਪਾਵੇ ਕਿ ਮੈਂ ਝੂਠੀ ਸੋ ਚੁੱਕੀ ਸੀ ਪ੍ਰੇਤਾ ਨੇ ਸਭ ਕੁਝ ਸਮਝ ਲਿਆ ਇਹ ਮਹਾਨ ਪਾਪ ਦੇਖ ਕੇ ਸਾਰੇ ਉੱਥੇ ਚੱਲ ਕੇ ਆ ਗਏ ਦੇਸ਼ਾਂ ਵਿਦੇਸ਼ਾਂ ਤੋਂ ਇਕੱਠੇ ਹੋ ਕੇ ਸਾਰੇ ਸਥਾਨ ਆ ਗਏ ਹੌਲੀ ਹੌਲੀ ਉਹਨਾ ਮਨੁੱਖਾਂ ਨੂੰ ਉਜਾੜ ਦਿੱਤਾ ਤੇ ਆਪ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਉੱਥੇ ਵਸ ਗਏ ਇਸ ਰੀਤੀ ਨਾਲ ਪ੍ਰੇਤਾ ਨੇ ਉੱਥੇ ਡੇਰਾ ਜਮਾ ਲਿਆ ਤੇ ਲੱਖਾਂ ਪ੍ਰੇਤ ਉੱਥੇ ਵਸ ਗਏ। ਉਹਨਾਂ ਦਾ ਡਰ ਕਰਕੇ ਹੁਣ ਲੋਕ ਉੱਥੇ ਨਹੀਂ ਜਾਂਦੇ। ਮਹਾਪਾਪ ਕਰਕੇ ਮੈਨੂੰ ਇਹ ਫਲ ਮਿਲਿਆ ਹੈ। ਤੁਹਾਡੇ ਬਗੈਰ ਹੁਣ ਕੋਈ ਹੋਰ ਉਪਾਅ ਨਹੀਂ ਹੈ। ਜੇ ਤੁਸੀਂ ਆਪਣੇ ਚਰਨ ਪਾਓ ਤਾਂ ਉਹ ਥਾਂ ਪਵਿੱਤਰ ਬਣ ਜਾਏਗਾ। ਫਿਰ ਧੰਨ ਸ਼੍ਰੀ ਗੁਰ ਅੰਗਦ ਦੇਵ ਜੀ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਕਿਹਾ ਕਿ ਗੌਂਦੇ ਦੇ ਨਾਲ ਤੁਸੀਂ ਜਾਓ ਤੇ ਜਾ ਕੇ ਪੁੱਤਾ ਬ੍ਰੇਤਾ ਨੂੰ ਕੱਢ ਦਿਓ। ਪਰ ਗੁਰੂ ਜੀ ਦੇ ਪੁੱਤਰ ਮੁਕਰ ਗਏ ਜਦ ਗੁਰੂ ਜੀ ਨੇ ਦੋਵਾਂ ਪੁੱਤਰਾਂ ਦੇ ਇਸ ਤਰ੍ਹਾਂ ਦੇ ਜਵਾਬ ਸੁਣੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਵਾਲੇ ਪਾਸੇ ਨਜ਼ਰ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਪੁਰਖਾ ਤੁਸੀਂ ਉੱਥੇ ਜਾਓ ਜਿੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ ਉੱਥੇ ਜਾ ਕੇ ਇੱਕ ਸੁੰਦਰ ਨਗਰੀ ਬਸਾਓ ਜਿਹੜੀ ਕਿ ਗੁਰੂ ਕੀਰਤੀ ਦਾ ਧਾਮ ਹੋਵੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖ ਤੋਂ ਹਲੇ ਅੱਧੇ ਅੱਖਰ ਹੀ ਨਿਕਲੇ ਸਨ ਗੁਰੂ ਜੀ ਦੀ ਆਗਿਆ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕੰਮਰ ਕਸਾ ਬੰਨ ਲਿਆ ਹੱਥ ਜੋੜ ਕੇ ਪੁੱਛਿਆ ਕੈਸੀ ਵਿਧੀ ਅਨੁਸਾਰ ਤਿਆਰ ਕਰਾਂ ਆਪ ਜੀ ਦੀ ਜਿਵੇਂ ਆਗਿਆ ਹੋਵੇ ਉਸੇ ਤਰ੍ਹਾਂ ਹੀ ਨਗਰੀ ਦੀ ਰਚਨਾ ਕਰਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਜਿਹੜਾ ਪੂਰਬੀ ਪਾਸਾ ਹੈ ਉਸ ਪਾਸੇ ਤੋਂ ਚੰਗੀ ਤਰ੍ਹਾਂ ਪਟਣਾ ਸ਼ੁਰੂ ਕਰ ਦਿਓ ਸਾਰੇ ਥਾਂ ਨੂੰ ਪਧਰਾ ਕਰਕੇ ਵਸਣ ਵਾਸਤੇ ਘਰ ਤਿਆਰ ਕਰਵਾਓ ਫਿਰ ਗੁਰੂ ਜੀ ਨੇ ਆਪਣੇ ਹੱਥੋਂ ਇੱਕ ਸ੍ਰੇਸ਼ਟ ਸੁੰਦਰ ਸੋਟੀ ਹਿਲਾ ਕੇ ਸ਼ਿਰਗੁਰ ਅਮਰਦਾਸ ਜੀ ਨੂੰ ਦਿੱਤੀ ਤੇ ਕਿਹਾ ਇਹ ਸੋਟੀ ਲੈ ਜਾਓ ਤੇ ਭੂਤਾਂ ਨੂੰ ਦਿਖਾਓ ਇਸ ਨੂੰ ਦੇਖ ਕੇ ਉੱਥੇ ਕੋਈ ਭੂਤ ਨਹੀਂ ਰਹੇਗਾ ਜਿੱਥੇ ਜਿੱਥੇ ਤੁਹਾਡੇ ਚਰਨ ਫੇਰਨਗੇ ਜਿਹੜਾ ਵੀ ਥਾਂ ਅਸ਼ubh ਹੋਏਗਾ ਉਹ ਸ਼ubh ਹੋ ਜਾਏਗਾ ਆਪਣੇ ਨਿਜੀ ਰਹਿਣ ਵਾਸਤੇ ਵੀ ਮਕਾਨਾਂ ਦੀ ਉਸਾਰੀ ਕਰੋ ਤਾਂ ਕਿ ਹੋਰ ਮਨੁੱਖ ਦੇਖ ਕੇ ਉੱਥੇ ਵਸਾ ਕਰਨ ਇਹ ਗੌਂਦਾ ਖੱਤਰੀ ਬੜਾ ਧਨਵਾਨ ਹੈ ਇਹ ਵੱਡੇ ਵੱਡੇ ਮਹਿਲ ਮਾੜੀਆਂ ਬਣਾਉਣਗੇ ਇਸ ਗੌਂਦੇ ਦੇ ਨਾਂ ਉੱਪਰ ਹੀ ਨਗਰ ਦਾ ਨਾਮ ਰੱਖੋ ਵਸਣ ਵਾਸਤੇ ਸੁੰਦਰ ਘਰਾਂ ਦੀ ਰਚਨਾ ਕਰੋ ਦੋਵੇਂ ਪੁੱਤਰਾਂ ਦਾਸੂ ਤੇ ਦਾਤੂ ਨੇ ਇਨਕਾਰ ਕਰ ਦਿੱਤਾ ਹੈ ਪ੍ਰੇਤਾਂ ਦਾ ਨਾਂ ਸੁਣ ਕੇ ਉਹ ਡਰ ਗਏ ਹਨ ਉਹ ਗੁਰੂ ਜੀ ਦੇ ਪ੍ਰਤਾਪ ਨੂੰ ਨਹੀਂ ਜਾਣਦੇ ਹਨ ਤੇ ਆਪਣੇ ਆਪ ਨੂੰ ਕਰਨਹਾਰਾ ਸਮਝਦੇ ਸਨ ਇਸ ਕਰਕੇ ਇਹ ਬਹੁਤ ਡਰਦੇ ਹਨ ਤੁਸੀਂ ਕਰਨ ਕਰਾਵਨਹਾਰਾ ਗੁਰੂ ਨੂੰ ਜਾਣੋ ਇਸ ਤਰ੍ਹਾਂ ਸਮਝਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੋਂਦੇ ਦੇ ਨਾਲ ਭੇਜ ਦਿੱਤਾ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰੇਮ ਰਸ ਵਿੱਚ ਭਿੱਜੇ ਚੱਲ ਪਏ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਪ੍ਰਤੀ ਬਹੁਤ ਸ਼ਰਧਾ ਤੇ ਪ੍ਰੇਮ ਸੀ ਤੇ ਸਦਾ ਹੀ ਗੁਰੂ ਜੀ ਦੀ ਆਗਿਆ ਅਨੁਸਾਰ ਚੱਲਦੇ ਸਨ ਰਾਤ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਨਾਮ ਧਿਆਉਂਦੇ ਰਹਿੰਦੇ ਸਨ ਆਤਮ ਗਿਆਨ ਦੇ ਅਜਿਹੇ ਦਰਖਤ ਨੂੰ ਬਹੁਤ ਵੱਡਾ ਫਲ ਲੱਗਦਾ ਹੈ ਤੇ ਵੱਡੇ ਭਾਗਾਂ ਵਾਲੇ ਨੂੰ ਰਸਤੇ ਆਨੰਦ ਪ੍ਰਾਪਤ ਹੁੰਦਾ ਹੈ ਜਦ ਚੱਲਣ ਲੱਗੇ ਤਾਂ ਉਸ ਸਮੇਂ ਅੱਖਾਂ ਵਿੱਚ ਪਾਣੀ ਆ ਗਿਆ ਨਮਸਕਾਰ ਕਰਨ ਲੱਗਿਆ ਗੁਰੂ ਜੀ ਦੇ ਚਰਨ ਕਮਲ ਭਿਉ ਦਿੱਤੇ ਕਾਫੀ ਸਮੇਂ ਤੱਕ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹੇ ਵਿਚਣਨ ਲੱਗਿਆ ਬਹੁਤ ਵੱਡਾ ਦੁੱਖ ਮਹਿਸੂਸ ਕੀਤਾ ਫਿਰ ਗੁਰੂ ਜੀ ਨੇ ਬਹੁਤ ਧੀਰਜ ਦੇ ਕੇ ਉਸ ਥਾਂ ਤੇ ਭੇਜਿਆ ਗੁਰੂ ਜੀ ਤੋਂ ਵਿਛਣਨ ਲੱਗਿਆ ਉਹਨਾਂ ਨੇ ਆਪਣਾ ਮੁਖ ਗੁਰੂ ਜੀ ਵੱਲ ਹੀ ਰੱਖਿਆ ਤੇ ਪੁੱਠੇ ਪੈਰੀਂ ਹੀ ਚੱਲ ਪਏ ਇਸ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਦੀ ਪਰਖ ਵੀ ਕਰ ਲਈ ਤੇ ਸਾਰੇ ਸਿੱਖਾਂ ਦੇ ਭਰਮ ਦੂਰ ਕੀਤੇ ਉਹ ਸਿੱਖ ਜਾਣਦੇ ਸਨ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਜੀ ਦੀ ਬਹੁਤ ਸੇਵਾ ਕਰਕੇ ਉਹਨਾਂ ਨੂੰ ਖੁਸ਼ ਕਰ ਲਿਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਪਰਮੇਸ਼ਰ ਦੀ ਸੇਵਾ ਵਸੀ ਹੈ ਤੇ ਮਨ ਵਿੱਚ ਹਉਮੈ ਦੂਰ ਹੋ ਗਈ ਹੈ ਫਿਰ ਗੁਰੂ ਜੀ ਉਹਨਾਂ ਤੇ ਕਿਰਪਾਲੂ ਕਿਉਂ ਨਾ ਹੋਣ ਜਿਹੜੇ ਸਭ ਕੁਝ ਭੁੱਲ ਕੇ ਹਿਰਦੇ ਵਿੱਚ ਗੁਰ ਪਰਮੇਸ਼ਰ ਦਾ ਹੀ ਸਿਮਰਨ ਕਰਦੇ ਹਨ ਪਿਛਲੇ ਪੈਰੀ ਚੱਲਦਿਆਂ ਸ਼੍ਰੀ ਗੁਰ ਅਮਰਦਾਸ ਜੀ ਗੋਂਦੇ ਦੇ ਨਾਲ ਗਏ ਹੌਲੀ-ਹੌਲੀ ਰਸਤੇ ਵਿੱਚ ਚੱਲ ਰਹੇ ਸਨ ਤੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਜਾਂਦੇ ਸਨ ਬਲਹੀਣ ਵਿਰਧ ਸਰੀਰ ਹੈ ਤੇ ਕਦ ਮਦਰਾ ਹੈ ਪਰ ਬਹੁਤ ਵਿਸ਼ਾਲ ਹਨ ਤੇ ਸਭ ਦੇ ਉਹ ਆਸਰਾ ਹਨ ਜਦ ਤਿੰਨਾਂ ਕੋਹਾਂ ਤੇ ਗਏ ਤਾਂ ਹੱਥ ਜੋੜ ਕੇ ਮੂਦੇ ਮੂੰਹ ਲੰਮੇ ਪੈ ਗਏ ਸ੍ਰੀ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਤੇ ਹਿਰਦੇ ਵਿੱਚ ਸ੍ਰੀ ਗੁਰ ਅੰਗਦ ਦੇਵ ਜੀ ਦੇ ਸਰੂਪ ਨੂੰ ਵਸਾ ਲਿਆ ਲੰਮੇ ਪੈ ਕੇ ਗੁਣਾ ਦੇ ਘਰ ਭਾਵ ਸ੍ਰੀ ਗੁਰ ਅੰਗਦ ਦੇਵ ਜੀ ਨੂੰ ਡੰਡੋਤ ਵੰਦਨਾ ਕੀਤੀ ਫਿਰ ਆਪਣਾ ਮੁਖ ਗੋਇੰਦਵਾਲ ਵੱਲ ਕਰਕੇ ਨਿਰਭੈ ਹੋ ਕੇ ਰਾਹੇ ਰਾਹ ਚੱਲ ਪਏ ਗੁਰੂ ਜੀ ਵੱਲੋਂ ਦਿੱਤੀ ਛੜੀ ਹੱਥ ਵਿੱਚ ਫੜੀ ਹੋਈ ਸੀ ਉਸ ਨੂੰ ਅਦਬ ਨਾਲ ਆਪਣੇ ਤੋਂ ਉੱਚਾ ਚੁੱਕਿਆ ਹੋਇਆ ਸੀ ਫਿਰ ਆਪਣੇ ਹੱਥ ਅੱਗੇ ਕਰਕੇ ਛੜੀ ਭੂਤਾਂ-ਪ੍ਰੇਤਾਂ ਨੂੰ ਦਿਖਾਈ ਛੜੀ ਵਿੱਚੋਂ ਐਸੀ ਅਗਨੀ ਨਿਕਲੀ ਕਿ ਭੂਤਾਂ-ਪ੍ਰੇਤਾਂ ਨੂੰ ਬਹੁਤ ਸੇਕ ਲੱਗਿਆ ਛੇਨ ਪਰ ਵੀ ਉਹਨਾਂ ਪਾਸੋਂ ਖੜ੍ਹਾ ਨਹੀਂ ਸੀ ਹੋਇਆ ਜਾਂਦਾ ਉਹਨਾਂ ਦੇ ਸਰੀਰ ਸੜਦੇ ਜਾਂਦੇ ਸਨ ਤੇ ਉਹਨਾਂ ਪਾਸੋਂ ਆਪਣੇ ਵਸਤਰ ਵੀ ਸੰਭਾਲੇ ਨਹੀਂ ਸੰ ਜਾਂਦੇ ਪਿਤਾ ਪੁੱਤਰ ਨੂੰ ਨਾ ਸੰਭਾਲ ਸਕਿਆ ਤੇ ਭਰਾ ਭਰਾ ਨੂੰ ਛੱਡ ਕੇ ਭੱਜ ਗਿਆ ਪ੍ਰੇਤ ਪਤੀ ਆਪਣੀਆਂ ਇਸਤਰੀਆਂ ਵੀ ਛੱਡ ਕੇ ਭੱਜ ਗਏ ਕਈ ਧਰਤੀ ਤੇ ਡੇਕ ਕੇ ਬੇਸੁਧ ਹੋ ਗਏ ਉਹਨਾਂ ਉਤੇ ਐਸੀ ਵੱਡੀ ਵਿਪਤਾ ਆ ਪਈ ਕਿ ਉਹ ਉਸਾਰੀ ਅਧੀਨ ਸਥਾਨ ਨੂੰ ਛੱਡ ਕੇ ਚਲੇ ਗਏ ਤੇ ਇੱਕ ਘੜੀ ਵੀ ਠਹਿਰੇ ਨਾ ਹਾਹਾਕਾਰ ਕਰਦੇ ਭੱਜ ਗਏ ਚਾਰੇ ਪਾਸੇ ਭੱਜ ਰਹੇ ਸਨ ਤੇ ਖੜੇ ਨਹੀਂ ਸਨ ਹੋ ਰਹੇ ਜਿਵੇਂ ਜਿਵੇਂ ਸ਼੍ਰੀ ਗੁਰੂ ਅਮਰਦਾਸ ਜੀ ਛੜੀ ਨੂੰ ਹਿਲਾਉਂਦੇ ਸਨ ਜਿਵੇਂ ਤਿਵੇਂ ਆਉਣਾ ਉੱਤੇ ਹੋਰ ਗਰਮੀ ਦੀ ਮਾਰ ਪੈ ਰਹੀ ਸੀ ਕਈ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਸਨ ਸਾਨੂੰ ਛੱਡ ਦਿਓ ਨਿਹੱਕਿਆਂ ਨੂੰ ਨਾ ਮਾਰੋ ਕਾਫੀ ਲੰਮੇ ਸਮੇਂ ਤੋਂ ਇੱਥੇ ਡੇਰਾ ਲਾਇਆ ਹੋਇਆ ਹੈ ਇਸ ਵਾਰ ਸਾਨੂੰ ਸੰਭਲ ਲੈਣ ਦਿਓ ਛੜੀ ਨੂੰ ਅੱਗੇ ਕਰਕੇ ਨਾ ਹਿਲਾਓ ਅਸੀਂ ਫੌਰਨ ਇੱਥੋਂ ਚਲੇ ਜਾਂਦੇ ਹਾਂ ਇਸ ਪ੍ਰਕਾਰ ਜਦ ਸਾਰੇ ਰੌਲਾ ਮਚਿਆ ਤਾਂ ਸਾਰੇ ਭੂਤ ਪ੍ਰੇਤ ਉਸ ਸਥਾਨ ਨੂੰ ਛੱਡ ਕੇ ਚਲੇ ਗਏ ਉਸ ਸਮੇਂ ਉੱਥੇ ਇੱਕ ਦੈਂਤਣੀ ਰਹਿੰਦੀ ਸੀ ਜਿਸ ਨੇ ਕਾਫੀ ਲੰਮੇ ਸਮੇਤੋਂ ਗਰਭ ਧਾਰਨ ਕੀਤਾ ਹੋਇਆ ਸੀ ਬੱਚੇ ਜੰਮਣ ਦਾ ਬਹੁਤ ਸਮਾਂ ਨੇੜੇ ਸੀ ਜਦ ਉਸਨੇ ਅਚਾਨਕ ਭਿਆਨਕ ਰੌਲਾ ਗੋਲਾ ਆਪਣੀ ਅੱਖਾਂ ਨਾਲ ਵੇਖਿਆ ਤਾਂ ਹਿਰਦੇ ਵਿੱਚ ਬਹੁਤ ਡਰ ਗਈ ਤੇ ਭੱਜ ਪਈ ਆਪਣੇ ਰਖਵਾਲੇ ਪਤੀ ਨੂੰ ਵੀ ਲਾਗੇ ਨਾ ਵੇਖਿਆ ਡਰਦੀ ਵਿਆਕੁਲ ਹੋ ਕੇ ਦੌੜ ਪਈ ਭੱਜਦੀ ਦਾ ਗਰਭ ਡਿੱਗ ਪਿਆ ਦੇ ਦੋਵੇਂ ਬੱਚੇ ਧਰਤੀ ਤੇ ਡਿੱਗ ਪਏ। ਉੱਥੇ ਇੱਕ ਜਵਾਰ ਦੇ ਟਾਂਡੇ ਦਾ ਮੁੱਢ ਸੀ। ਜਿਹੜਾ ਥੋੜਾ ਉੱਚਾ ਘਟਿਆ ਹੋਇਆ ਸੀ। ਇੱਕ ਬੱਚੇ ਦੀ ਅੱਖ ਨੂੰ ਟਾਂਡੇ ਦਾ ਮੁੱਢ ਵੱਜਾ। ਟਾਂਡਾ ਅੱਖ ਵਿੱਚ ਚੁੱਭ ਗਿਆ ਤੇ ਡੇਲਾ ਫਟ ਗਿਆ। ਉਹ ਬੱਚਾ ਵੱਡਾ ਹੋ ਕੇ ਕਾਣੇ ਦਿਓ ਦੇ ਨਾਮ ਨਾਲ ਮਸ਼ਹੂਰ ਹੋਇਆ। ਉਹ ਬਠੰਡੇ ਦੇ ਕਿਲੇ ਵਿੱਚ ਰਹਿੰਦਾ ਸੀ। ਉਸ ਨੂੰ ਕਲਗੀਧਰ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਕੱਢਿਆ ਸੀ। ਜਿਸ ਕਰਕੇ ਸਾਰਿਆਂ ਵਿੱਚ ਉਸ ਦਾ ਨਾਮ ਪ੍ਰਗਟ ਹੋਇਆ ਹੈ ਦੂਸਰਾ ਬੱਚਾ ਬਾਹਾਂ ਦੇ ਭਾਰ ਡਿੱਗ ਪਿਆ ਖੇਤਾਂ ਵਿੱਚ ਡਿੱਗਦਿਆਂ ਉਸ ਦੀਆਂ ਬਾਹਾਂ ਟੁੱਟ ਗਈਆਂ ਦੋਵਾਂ ਬੱਚਾ ਨੂੰ ਦਾਤਣੀ ਨੇ ਚੁੱਕ ਲਿਆ ਇੱਕ ਕਪੜੇ ਵਿੱਚ ਉਹਨਾਂ ਨੂੰ ਲਪੇਟ ਲਿਆ ਜਿਹੜਾ ਕਪੜਾ ਉਸਨੇ ਬਚਾ ਕੇ ਰੱਖਿਆ ਹੋਇਆ ਸੀ ਕਾਫੀ ਸਾਲਾਂ ਬਾਅਦ ਉਹ ਜਵਾਨ ਹੋ ਗਏ ਦੋਵੇਂ ਵੱਖੋ ਵੱਖਰੀ ਜਗ੍ਹਾ ਤੇ ਰਹੇ ਇੱਕ ਮਸੂਰਪੁਰ ਵਿੱਚ ਜਾ ਕੇ ਵਸ ਗਿਆ ਤੇ ਦੂਸਰੇ ਨੇ ਬਠੰਡੇ ਦੇ ਕਿਲੇ ਵਿੱਚ ਨਿਵਾਸ ਕੀਤਾ ਇਸ ਪ੍ਰਕਾਰ ਦਾਇਤਾਂ ਦੀ ਹਾਲਤ ਹੋਈ ਤੇ ਭੂਤ ਪ੍ਰੇਤ ਉੱਥੇ ਕੋਈ ਨਾ ਰਿਹਾ ਸ੍ਰੀ ਅਮਰਦਾਸ ਜੀ ਉਸ ਸਥਾਨ ਵਿੱਚ ਖੜੇ ਸਨ ਤੇ ਮਹਾਨ ਸੁੰਦਰ ਨਜ਼ਾਰੇ ਨੂੰ ਦੇਖ ਰਹੇ ਸਨ ਕੋਲ ਹੀ ਬਿਆਸਾ ਦਰਿਆ ਦਾ ਸੁੰਦਰ ਪ੍ਰਵਾਹ ਵਹਿ ਰਿਹਾ ਸੀ ਜਿਸ ਵਿੱਚ ਉਜਲ ਜਲ ਲਹਿਰਾਂ ਸਮੇਤ ਵਹਿ ਰਿਹਾ ਸੀ ਆਰ ਪਾਰ ਦੋਹਾਂ ਘਾਟਾਂ ਤੇ ਲੋਕ ਉਤਰਦੇ ਸਨ ਆਉਂਦੇ ਜਾਂਦੇ ਲੋਕ ਉੱਥੇ ਠਹਿਰਦੇ ਸਨ ਬਿਆਸਾ ਦੇ ਕੰਡੇ ਬੜਾ ਸੁੰਦਰ ਸਥਾਨ ਸੀ ਬੜਾ ਉੱਚਾ ਸ਼ੋਭ ਰਿਹਾ ਸੀ ਤੇ ਵੇਖਣ ਵਿੱਚ ਵੀ શ્રેષ્ઠ ਸੀ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਗਿਆ ਦਿੱਤੀ ਸੀ ਉਸ ਤਰ੍ਹਾਂ ਹੀ ਸਤਨਾਮ ਕਹਿ ਕੇ ਜਲ ਆਪਣੇ ਹੱਥਾਂ ਵਿੱਚ ਲਿਆ ਉਸ ਜਲ ਨੂੰ ਚਾਰ ਚੁਫੇਰੇ ਛੜਕ ਦਿੱਤਾ ਤਾਂ ਕਿ ਦੁਬਾਰਾ ਉੱਥੇ ਪ੍ਰੇਤ ਉੱਥੇ ਡੇਰਾ ਨਾ ਲਾ ਸਕਣ ਗੁਰੂ ਜੀ ਦੇ ਹੱਥਾਂ ਦੀ ਦਿੱਤੀ ਛੜੀ ਨੂੰ ਆਪਣੇ ਹੱਥ ਵਿੱਚ ਫੜ ਲਿਆ ਤੇ ਜਿੰਨੀ ਵੀ ਨਗਰ ਦੀ ਧਰਤੀ ਸੀ ਉਸ ਦੇ ird gird ਤੇ ਲਕੀਰ ਮਾਰ ਦਿੱਤੀ ਫਿਰ ਬਹੁਤ ਮਠਿਆਈ ਮੰਗਵਾਈ ਗਈ ਗੋਂਦਾ ਧਨੀ ਦੇਖ ਕੇ ਬਹੁਤ ਪ੍ਰਸੰਨ ਹੋਇਆ ਚਤੁਰ ਸ੍ਰੀ ਗੁਰੂ ਅਮਰਦਾਸ ਜੀ ਖੜੇ ਹੋ ਗਏ ਤੇ ਹੱਥ ਜੋੜ ਕੇ ਅਰਦਾਸ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਦਾ ਆਪਣੇ ਸੁੰਦਰ ਮੁਖ ਨਾਲ ਸਿਮਰਨ ਕੀਤਾ ਅਰਦਾਸ ਕਰਕੇ ਸਾਰੀ ਮਠਿਆਈ ਗੁਰੂ ਜੀ ਨੂੰ ਭੇਟ ਕਰਕੇ ਫਿਰ ਸਾਰੀ ਸੰਗਤ ਵਿੱਚ ਵੰਡ ਦਿੱਤੀ ਜਿਵੇਂ ਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਤੇ ਪੂਰਬ ਵਾਲੇ ਪਾਸੇ ਤੋਂ ਪਟਵਾਈ ਸ਼ੁਰੂ ਕਰ ਦਿੱਤੀ ਤੇ ਫਿਰ ਇੱਕ ਸਾਰ ਸੁੰਦਰ ਬਣਵਾ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਆਰਾਧਨਾ ਕੀਤੀ ਤੇ ਫਿਰ ਨਗਰ ਦੀ ਨੀਂਹ ਧਰ ਕੇ ਚਿਣਵਾਈ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਕਦੇ ਵੀ ਉੱਥੇ ਕੋਈ ਵੀ ਭੂਤ ਆ ਪ੍ਰੇਤ ਨਾ ਆਇਆ ਤੇ ਨਾ ਹੀ ਕੋਈ ਕਿਸੇ ਦੇ ਘਰ ਨੂੰ ਟੌਂਦਾ ਦੇਖਿਆ ਗਿਆ ਪਹਿਲਾਂ ਜਿਹੜਾ ਕੋਈ ਘਰ ਬਣਾਉਂਦਾ ਸੀ ਪ੍ਰੇਤ ਉਸਨੂੰ ਢਾ ਦਿੰਦੇ ਸਨ ਪਰ ਹੁਣ ਜਿੰਨੇ ਵੀ ਘਰ ਜਿਣੇ ਗਏ ਸਨ ਸਭ ਬਣੇ ਦੇ ਬਣੇ ਰਹਿ ਗਏ ਇਹ ਵੇਖ ਕੇ ਗੋਂਦੇ ਬਹੁਤ ਪ੍ਰਸੰਨ ਹੋਇਆ ਉਸਨੇ ਬਹੁਤ ਧਨ ਖਰਚ ਕਰਕੇ ਬਹੁਤ ਮਜ਼ਦੂਰ ਲਾਏ ਤੇ ਵੱਡੀ ਗਿਣਤੀ ਵਿੱਚ ਕਾਰੀਗਰ ਮੰਗਵਾਏ ਫਿਰ ਸ੍ਰੀ ਗੁਰੂ ਅਮਰਦਾਸ ਜੀ ਨੇ ਵਿਚਾਰ ਕੀਤੀ ਤੇ ਗੋਂਦੇ ਦੇ ਨਾਂ ਤੇ ਨਗਰ ਦਾ ਨਾਮ ਰੱਖ ਦਿੱਤਾ ਉਹਨਾਂ ਨੇ ਨਗਰ ਦਾ ਨਾਮ ਗੋਇੰਦਵਾਲ ਉਚਾਰਨ ਕਰਕੇ ਸੁਣਾਇਆ ਬਾਦ ਵਿੱਚ ਇਹੋ ਨਗਰ ਦਾ ਨਾਮ ਪ੍ਰਗਟ ਹੋਇਆ ਜਦ ਕਈ ਘਰ ਤਿਆਰ ਕਰਵਾ ਲਏ ਤਾਂ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਆਏ ਬਹੁਤ ਅਧੀਨ ਹੋ ਕੇ ਗੁਰੂ ਜੀ ਨੂੰ ਵੰਦਨਾ ਕੀਤੀ ਤੇ ਗੁਰੂ ਜੀ ਅੱਗੇ ਦੀਨ ਬਣ ਕੇ ਬੇਨਤੀ ਕੀਤੀ ਜਿਵੇਂ ਆਪ ਜੀ ਦਾ ਹੁਕਮ ਹੋਇਆ ਸੀ ਉਹ ਕਾਰਜ ਪੂਰਾ ਹੋ ਗਿਆ ਤੇ ਨਗਰ ਬਣ ਗਿਆ ਮਜ਼ਦੂਰ ਕੰਮ ਕਰ ਰਹੇ ਹਨ ਤੇ ਕਈ ਘਰ ਤਿਆਰ ਕਰ ਲਏ ਹਨ ਇਹ ਸੁਣ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਬਹੁਤ ਪ੍ਰਸੰਨ ਹੋਏ ਤੇ ਕਿਹਾ ਪੁਰਖਾ ਹੁਣ ਸਾਡੇ ਇਸ ਤਰ੍ਹਾਂ ਬਚਨ ਮੰਨੋ ਆਪਣਾ ਸਾਰਾ ਪਰਿਵਾਰ ਬੁਲਾ ਲਓ ਤੇ ਬੜੇ ਸੁਖ ਆਰਾਮ ਨਾਲ ਉੱਥੇ ਵਸੋ ਹੋਰ ਵੀ ਜੇ ਕੋਈ ਵਸਣ ਵਾਸਤੇ ਆਵੇ ਤਾਂ ਉਸ ਨੂੰ ਵੀ ਘਰ ਉਸਾਰ ਕੇ ਵਸਾਓ ਤੁਹਾਡਾ ਵਾਸਾ ਮੇਰੇ ਪਾਸ ਹੀ ਹੈ ਜਦੋਂ ਚਾਹੋ ਮਿਲੋ ਜਾਂ ਮੇਰੇ ਘਰ ਰਹੋ ਹੁਣ ਵਸਰ ਕੇ ਪਿੰਡ ਜਾਓ ਤੇ ਆਪਣੇ ਸਾਰੇ ਪਰਿਵਾਰ ਨੂੰ ਬੜੇ ਪ੍ਰੇਮ ਨਾਲ ਮਿਲੋ ਤਾਨੂੰ ਇੱਥੇ ਆਇਆ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਹੈ ਤੁਸੀਂ ਕਦੇ ਵੀ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਗਏ ਇਸ ਕਰਕੇ ਫੌਰਨ ਚਲੇ ਜਾਓ ਤੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆ ਜਾਓ ਤੇ ਹੁਣ ਗੋਇੰਦਵਾਲ ਨਗਰ ਵਿੱਚ ਵਸੇਬਾ ਕਰ ਲਓ ਇਸ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਪਿੰਡ ਨੂੰ ਚਲੇ ਗਏ ਪਿੰਡ ਪਹੁੰਚ ਕੇ ਉਹ ਸਾਰੇ ਲੋਕਾਂ ਨੂੰ ਮਿਲੇ ਉਹਨਾਂ ਨੇ ਸਾਰਿਆਂ ਨੂੰ ਸੁਣਾਇਆ ਗੁਰੂ ਜੀ ਮੇਰੇ ਤੇ ਬਹੁਤ ਪ੍ਰਸੰਨ ਹੋਏ ਹਨ ਤੇ ਮੈਨੂੰ ਉਹਨਾਂ ਨੇ ਹਰ ਪ੍ਰਕਾਰ ਦੀ ਵਡਿਆਈ ਦਿੱਤੀ ਹੈ ਸੋ ਸਾਹਾ ਸੰਗਤ ਜੀ ਇਸ ਪ੍ਰਕਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਲੈ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬੇ ਚੋਂ ਪੂਤਾ ਪ੍ਰੇਤਨ ਕੱਢਿਆ ਹੋਈਆਂ ਭੁੱਲਾ ਚੁਕਾਂ ਦੀ ਖੇਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ